ਪੰਜਾਬੀ 뮤직 ਇੰਡਸਟਰੀ ਦੇ ਵਿੱਚ ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਨੂੰ ਲੈ ਕੇ ਚੱਲ ਰਹੇ ਵਿਵਾਦ ਬਾਰੇ ਤਾਂ ਹਰ ਕੋਈ ਜਾਣਦਾ ਹੀ ਹੈ। ਹਾਲਾਂਕਿ ਸਿੱਧੂ ਮੂਸੇਵਾਲੇ ਦੇ ਲਾਈਵ ਤੋਂ ਬਾਅਦ ਅੱਜ ਤੱਕ ਬੱਬੂ ਮਾਨ ਦਾ ਕੋਈ ਵੀ ਜਵਾਬ ਨਹੀਂ ਆਇਆ, ਪਰ ਇਹਨਾਂ ਦੋਵਾਂ ਦੇ ਫੈਨਸ ਲਗਾਤਾਰ ਕੋਈ ਨਾ ਕੋਈ ਸੋਸ਼ਲ ਮੀਡੀਆ ਉੱਤੇ ਵੀਡੀਓ ਨੂੰ ਵਾਇਰਲ ਕਰਦੇ ਹੀ ਰਹਿੰਦੇ ਨੇ ਤੇ ਇਸ ਟਾਈਮ ਸੋਸ਼ਲ ਮੀਡੀਆ ਉੱਤੇ ਇੱਕ ਆਡੀਓ ਤੇ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜੋ ਕਿ ਹੈ ਸਿੱਧੂ ਮੂਸੇਵਾਲੇ ਦੇ ਫੈਨਸ ਦੀ। ਦੱਸ ਦਈਏ ਇਹ ਆਡੀਓ ਹੈ ਕਾਲ ਰਿਕਾਰਡਿੰਗ ਦੀ, ਜਿਸ ਵਿੱਚ ਕਿ ਦੋ ਵਿਅਕਤੀ ਸਿੱਧੂ ਮੂਸੇਵਾਲੇ ਬਾਰੇ ਗੱਲ ਕਰ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲੇ ਨੇ ਕੁਝ ਕੁ ਸਾਲਾਂ ਦੇ ਵਿੱਚ ਹੀ ਇਸ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਹੋਰ ਕੀ ਕਹਿ ਰਹੇ ਹਨ ਸੋਸ਼ਲ ਮੀਡੀਆ ਤੇ ਚੱਲ ਰਹੇ ਇਸ ਵਿਵਾਦ ਬਾਰੇ ਉਹ ਦੋ ਵਿਅਕਤੀ, ਆਓ ਸੁਣਦੇ ਹਾਂ ਇਸ ਕਾਲ ਰਿਕਾਰਡਿੰਗ ਦੇ ਵਿੱਚ। ਉਹੀ ਕੁਝ ਸਿੱਧੂ ਨਾਲ ਹੋ ਰਿਹਾ ਉੱਥੇ। ਪਹਿਲਾਂ ਤਾਂ ਉਹਨੂੰ ਕਹਿੰਦੇ ਸੀਗੇ ਇਹਨੂੰ ਗਾਉਣਾ ਨਹੀਂ ਆਉਂਦਾ, ਇਹਨੂੰ ਲਿਖਣਾ ਨਹੀਂ ਆਉਂਦਾ, ਜਿਹੜੇ ਜਿਨ੍ਹਾਂ ਜਾਂ ਰਿਜੈਕਟ ਕੀਤਾ ਸੀ ਸਿੰਗਰਾਂ ਨੇ ਉਹ ਕਹਿੰਦੇ ਇਹਨੂੰ ਲਿਖਣਾ ਨਹੀਂ ਆਉਂਦਾ, ਉਹ ਆਪ ਗਾਉਣ ਲੱਗ ਗਿਆ। ਫਿਰ ਕਹਿੰਦੇ ਇਹਨੂੰ ਗਾਉਣਾ ਨਹੀਂ ਆਉਂਦਾ, ਜਦੋਂ ਉਹਦੀ ਫੈਨ ਫੋਲੋਇੰਗ ਵੱਧ ਗਈ ਫਿਰ ਕਹਿੰਦੇ ਜੀ ਹੁਣ ਇਹ ਗਲਤ ਲਿਖ ਰਿਹਾ, ਗਲਤ ਗਾ ਰਿਹਾ। ਦਰਅਸਲ ਗੱਲ ਇਹ ਹੈ ਜੀ, ਉਹਨੇ ਉਸ ਬੰਦੇ ਨੇ ਆ ਕੇ ਟ੍ਰੈਂਡ ਚੇਂਜ ਕੀਤਾ। ਜਿਹੜੇ ਬੰਦੇ ਪਹਿਲਾਂ ਤੋਂ ਬਣੇ ਬੈਠੇ ਉੱਥੇ ਮਾਰਕੀਟ ਚ, ਉਹਨਾਂ ਨੂੰ ਔਖਾ ਲੱਗਦਾ ਕਿ ਜੇ ਇਹਨੇ ਟ੍ਰੈਂਡ ਚੇਂਜ ਕਰਤਾ ਤਾਂ ਸਾਡੇ ਤਾਂ ਬਣੇ ਬਣੇ ਹੀ ਖੇਡ ਵਿਗੜ ਜਾਣੀ ਹੈ ਸਾਰੀ। ਨਾਲੇ ਜੀ ਉਹ ਤੁਸੀਂ ਨਾ ਉਹਨੂੰ ਸੁਣ ਕੇ ਦੇਖੋ, ਹਾਂਜੀ ਉਹਦੀ ਗੱਲ ਦੇ ਵਿੱਚ ਖਿੱਚਿਆ ਖਿੱਚਿਆ ਉਹਦੀ ਗੱਲ ਜਿੱਦਾਂ ਤੁਹਾਨੂੰ ਅਟੈਚ ਕਰਦੀ ਆ ਆਪਣੇ ਨਾਲ, ਜਾਣੀ ਨਾ ਜਿਹੜੇ ਹਰ ਹਰ ਵਰਗ ਦੇ ਬੰਦੇ ਨੂੰ, ਹਰ ਉਮਰ ਦੇ ਬੰਦੇ ਨੂੰ ਇਦਾਂ ਲੱਗਦਾ ਕਿ ਮੇਰੀ ਗੱਲ ਕਰ ਰਿਹਾ ਹੈ। ਹਾਂਜੀ ਹਾਂਜੀ ਠੀਕ ਹੈ। ਸੋ ਇਸ ਕਾਲ ਰਿਕਾਰਡਿੰਗ ਨੂੰ ਸੁਣ ਕੇ ਤੁਹਾਡਾ ਕੀ ਕਹਿਣਾ ਹੈ ਸਿੱਧੂ ਮੂਸੇਵਾਲੇ ਬਾਰੇ ਅਤੇ ਬੱਬੂ ਮਾਨ ਬਾਰੇ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਤੁਸੀਂ ਕਿਸ ਦੇ ਹੋ ਫੈਨ ਵੀਡੀਓ ਥੱਲੇ ਕਮੈਂਟ ਕਰਕੇ ਇਹ ਵੀ ਦੱਸਣਾ ਨਾ ਭੁੱਲਣਾ। ਪੰਜਾਬੀ 뮤직 ਇੰਡਸਟਰੀ ਦੇ ਹੋਰ ਨਵੇਂ ਅਪਡੇਟ ਜਾਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ 'ਤੇ ਵੀ ਕਲਿੱਕ ਕਰ ਲਓ, ਅਤੇ ਨਾਲ ਦੀ ਨਾਲ ਇਸ ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਵੀ ਲਾਈਕ ਅਤੇ ਫੋਲੋ ਕਰਨਾ ਨਾ ਭੁੱਲਣਾ। ਬਿਊਰੋ ਰਿਪੋਰਟ, ਚੈਨਲ ਸਤਰੰਗ। ਫਾਰ ਮੋਰ ਅਪਡੇਟਸ ਸਬਸਕ੍ਰਾਈਬ ਚੈਨਲ ਸਤਰੰਗ .com।